a South Asian Canadian channel. ਆਪਾਂ ਅੱਜ ਉਸ ਮੁੱਦੇ ਬਾਰੇ ਗੱਲ ਕਰਨੀ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੋਇਆ, ਖਾਸ ਕਰਕੇ ਸਰਕਾਰ ਨਾਲ ਜੁੜਿਆ ਹੋਇਆ ਤੇ ਇਸ ਤੋਂ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਜੁੜਿਆ ਹੋਇਆ ਜਿਹੜੇ ਲੋਕਾਂ ਨੇ ਬਹੁਤ ਚਾਵਾਂ ਦੇ ਨਾਲ ਜ਼ੋਰ ਸ਼ੋਰ ਦੇ ਨਾਲ ਬਦਲਾਅ ਦੀ ਰਾਜਨੀਤੀ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਸੀ। ਹੁਣ ਤੁਸੀਂ ਆਖੋਗੇ ਯਾਰ ਰੋਜ਼ ਇਹ ਤੁਸੀਂ ਗੱਲ ਕਰਦੇ ਆ, ਸਮਾਂ ਦੇ ਦਿਓ ਜੀ, ਪਹਿਲਿਆਂ ਨੇ ਕੀ ਕੀਤਾ ਜੀ। ਜੇ ਪਹਿਲਿਆਂ ਨੇ ਕੁਛ ਕੀਤਾ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਹਰਾ ਕੇ 92 ਬੰਦੇ ਜਿੱਤਾ ਤੇ। ਸਮਾਂ ਦੇ ਦਿਓ ਜੀ, ਕਿਹੜੀਆਂ ਕਿਹੜੀਆਂ ਗੱਲਾਂ ਆ ਮੈਂ ਬਹੁਤ ਸੁਣਦਾ ਹੁੰਦਾ, ਮੈਨੂੰ ਮਿਲਦੇ ਵੀ ਰਹਿੰਦੇ ਆ, ਬਾਈ ਯਾਰ ਤੂੰ ਪਹਿਲਾਂ ਹੀ ਬੋਲਣ ਲੱਗੇ ਨਾ, ਸਮਾਂ ਤਾਂ ਦੇਖ ਹਲੇ ਤਾਂ 4 ਮਹੀਨੇ ਹੋਏ ਆ, 4 ਮਹੀਨਿਆਂ ਦੇ ਵਿੱਚ ਕਿੱਧਰ ਨੂੰ ਕਦਮ ਪੱਟ ਲਏ ਇਹ ਸਰਕਾਰ ਨੇ। ਅੱਜ ਜਿਹੜਾ ਫੈਸਲਾ ਹੋਇਆ ਤਾਂ ਤੁਹਾਡੇ ਨਾਲ ਸਾਂਝਾ ਕਰਨਾ ਹੀ ਜ਼ਰੂਰੀ ਸਮਝਦੇ ਆ ਕਿ ਬੜਾ ਅਹਿਮ ਇਹ ਮਸਲਾ ਹੈ ਕਿ ਜਿਹੜੇ ਬੰਦੇ ਸਾਡੀ ਧਰਤੀ ਨੂੰ ਜ਼ਹਿਰੀਲਾ ਕਰ ਰਹੇ ਨੇ, ਸਾਡੇ ਪਾਣੀਆਂ ਨੂੰ ਜ਼ਹਿਰੀਲਾ ਕਰ ਰਹੇ ਨੇ, ਜਿਹੜੇ ਬੰਦਿਆਂ ਨੇ ਦੂਜੀਆਂ ਸਰਕਾਰਾਂ 'ਚ ਵੀ ਉੱਚੇ ਅਹੁਦਿਆਂ ਦੇ ਉੱਤੇ ਰਹੇ, ਜਿਹੜੇ ਬੰਦੇ ਸਾਨੂੰ ਗਾਲਾਂ ਕੱਢਦੇ ਰਹੇ, ਸਾਡੇ ਕਿਸਾਨੀ ਅੰਦੋਲਨ 'ਚ ਗਾਲਾਂ ਕੱਢੀਆਂ ਸਾਨੂੰ, ਸਾਡੇ ਲੰਗਰਾਂ ਬਾਰੇ, ਸਿੱਖੀ ਪਰੰਪਰਾ ਬਾਰੇ, ਨਿਸ਼ਾਨ ਸਾਹਿਬ ਬਾਰੇ ਬਹੁਤ ਕੂੜ ਪ੍ਰਚਾਰ ਕੀਤਾ ਜਿਨ੍ਹਾਂ ਬੰਦਿਆਂ ਨੇ, ਉਹਨਾਂ ਬੰਦਿਆਂ ਨੂੰ ਸਾਡੇ ਸਿਰ 'ਤੇ ਬਿਠਾਇਆ ਜਾ ਰਿਹਾ। ਅੱਜ ਗੱਲ ਕਰਨੀ ਤਾਂ ਜ਼ਰੂਰੀ ਬਣ ਜਾਂਦੀ ਹੈ। ਪਹਿਲੀ ਗੱਲ ਤਾਂ ਕਰਦੇ ਹਾਂ ਆਪਾਂ, ਟਰਾਈਡੈਂਟ ਦੇ ਮਾਲਕ ਰਜਿੰਦਰ ਗੁਪਤਾ, ਬਰਨਾਲੇ ਧੌਲੇ ਜੀ ਦੀ ਬਹੁਤ ਵੱਡੀ ਫੈਕਟਰੀ ਇੰਡਸਟਰੀ ਲੱਗੀ ਹੋਈ ਆ, ਕਾਰਖਾਨਾ ਲੱਗਿਆ ਹੋਇਆ, ਉਹਨੂੰ ਇਹਨਾਂ ਨੇ ਪਲੈਨਿੰਗ ਬੋਰਡ, ਯੋਜਨਾ ਜਿਹੜਾ ਬੋਰਡ ਬਣਦਾ ਜਿੱਥੇ ਯੋਜਨਾਵਾਂ ਬਣਦੀਆਂ ਨੇ, ਉਹਦਾ ਵਾਈਸ ਚੇਅਰਮੈਨ ਲਾਤਾ। ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜਾ ਬੰਦਾ ਰਜਿੰਦਰ ਗੁਪਤਾ ਕੌਣ ਹੈ। ਬਲਦਾ ਵਿਚਾਰਿਆਂ ਨੂੰ ਇੱਕੋ ਹੀ ਚੀਜ਼ ਦਿਖਦੀ ਹੁੰਦੀ ਹੈ, ਕਿਉਂਕਿ ਅਸੀਂ ਲਕੀਰ ਦੇ ਫਕੀਰ ਹੋ ਜਾਂਦੇ ਹਾਂ, ਅਸੀਂ ਸਾਨੂੰ ਦੂਜੀ ਚੀਜ਼ ਉਹ ਜਿਵੇਂ ਖੋਪੇ ਨਹੀਂ ਚਾੜ ਦਿੰਦੇ ਹੁੰਦੇ ਆਪਾਂ ਖੋਤੇ ਦੇ, ਤੈਨੂੰ ਆਸੇ ਪਾਸੇ ਦਿਖਦੇ ਨੇ, ਸਿੱਧੇ ਦਿਖਦਾ ਹੁੰਦਾ ਸਾਨੂੰ, ਕਈ ਵਾਰੀ ਉਹੀ ਚੀਜ਼ ਆਪਣੀ ਪਾਰਟੀ ਉਹੀ ਝਾੜੂ ਵਾਲੇ ਉਹੀ ਦਿਖੀ ਜਾਂਦਾ ਹੁੰਦਾ। ਮੈਂ ਤੁਹਾਡੇ ਨਾਲ, ਮੇਰੀ ਹਮਦਰਦੀ ਵੀ ਆ ਤੁਹਾਡੇ 'ਤੇ, ਮੈਨੂੰ ਤਰਸ ਵੀ ਆਉਂਦਾ, ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਮਾਨਸਿਕਤਾ ਦੇ ਉੱਤੇ ਕਿ ਜਿਹੜੇ ਇਹ ਕਿਹਾ ਕਰਦੇ ਕਿ ਸਾਡੇ ਵਾਲੇ ਤਾਂ ਭਮੱਕੜ ਹੈ, ਇਹ ਤਾਂ ਮੱਚ ਕੇ ਮੁੜਨਗੇ, ਉਹ ਭਮੱਕੜ ਹੁਣ ਦਿਖਦੀ ਨਹੀਂ ਕਿਤੇ, ਕਿ ਉਹਨਾਂ ਭਮੱਕੜਾਂ ਨੂੰ ਵੀ ਕੋਈ ਨਾ ਕੋਈ ਕੋਈ ਚੇਅਰਮੈਨੀ ਦਾ, ਇਹਨਾਂ ਨੂੰ ਪਲੈਨਿੰਗ ਬੋਰਡ ਦਾ, ਕੋਈ ਮੀਡੀਆ ਦਾ, ਕੋਈ ਕਿਸੇ ਪਾਸੇ ਹੋਰ, ਭਮੱਕੜ ਇਕੱਲੇ ਦਰੀਆਂ ਝਾੜਨ ਜੋਗ ਰਹੇ ਸੀ। ਅੱਜ ਵੀ ਮੈਂ ਕੱਲ ਵੀ ਸੁਣ ਰਿਹਾ ਸੀਗਾ, ਭਗਵੰਤ ਸਿੰਘ ਮਾਨ ਦਰਬਾਰ ਸਾਹਿਬ ਮੱਥਾ ਟੇਕਣਗੇ ਕਿ ਜੀ ਪੰਜਾਬ ਦੀ ਸਰਕਾਰ ਪੰਜਾਬ ਤੋਂ ਚੱਲੂ। ਪਹਿਲਾਂ ਵੀ ਕਹਿੰਦੇ ਸੀ ਨਾ ਕਿ ਜੀ ਗਲੀਆਂ ਤੋਂ ਚੱਲੂਗੀ, ਮੁਹੱਲਿਆਂ ਤੋਂ ਚੱਲੂਗੀ, ਪਿੰਡਾਂ ਤੋਂ ਚੱਲੂਗੀ, ਸ਼ਹਿਰਾਂ ਤੋਂ ਚੱਲੂਗੀ, ਪੰਜਾਬ ਦੀ ਚੱਲੂਗੀ। ਦੱਸੋ ਜੀ ਇੱਕ ਪਤਾ ਨਾ ਕੀ ਡਰਾਮਾ ਸੀ, ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਹਾਂ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਲੱਗ ਗਏ, ਅਸੀਂ ਲੋਕਾਂ ਤੋਂ ਸੁਝਾਅ ਮੰਗਦੇ ਹਾਂ ਕਿ ਬਜਟ ਕਿਹੋ ਜਿਹਾ ਲਿਆਗੇ। ਹੁਣ ਨਹੀਂ ਸੁਝਾਅ ਮੰਗ ਰਹੇ ਕਿ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਉਣਾ ਜੀ, ਕਿਹਨੂੰ ਲਾ ਦੇਗੇ, ਮੀਡੀਆ ਦਾ ਡਾਇਰੈਕਟਰ ਲਾਉਣਾ ਜੀ, ਕਿਹਨੂੰ ਲਾ ਦੇਗੇ, ਇੱਕ ਸਲਾਹਕਾਰ ਕਮੇਟੀ ਦਾ ਚੇਅਰਮੈਨ ਲਾਉਣਾ ਜੀ ਚੱਡੇ ਵਰਗਿਆਂ ਨੂੰ, ਉੱਥੇ ਨਹੀਂ ਪੁੱਛਿਆ ਗਿਆ ਵੀ ਦੱਸੋ ਪੰਜਾਬ ਦੇ ਲੋਕੋ ਕਿਹਨੂੰ ਲਾ ਦੇਗੇ। ਭਗਵੰਤ ਸਿੰਘ ਸਮਝ ਵੱਡੇ ਭਰਾ ਸਮਝ, ਤੈਨੂੰ ਇਹਨਾਂ ਲੋਕਾਂ ਨੇ ਡਿਸਕ੍ਰੈਡਿਟ ਕਰਕੇ ਲੋਕਾਂ ਦੇ ਵਿੱਚ ਤੈਨੂੰ ਇੰਨਾ ਨਿਖਿੱਧ ਤੇ ਨਿਕੰਮਾ ਬਣਾ ਕੇ ਐਂ ਸਿੱਟ ਦੇਣਗੇ, ਪੂੰਝ ਕੇ ਤੈਨੂੰ ਮੇਰੀ ਗੱਲ ਯਾਦ ਰੱਖੀ। ਆ ਸਾਰਾ ਇਹ 'ਚ ਬਦਨਾਮ ਕੌਣ ਹੋ ਰਿਹਾ, ਉਹਦਾ ਉਹਦੇ ਲੈ ਰਹੇ ਨੇ, ਸਰਕਾਰੀ ਕੋਠੀਆਂ, ਸਰਕਾਰੀ ਖਜ਼ਾਨੇ ਦੀ ਪੈਸੇ ਦੀ ਦੁਰਵਰਤੋਂ ਪੈ ਕੀ ਤੇ ਰਿਹਾ, ਬਦਨਾਮ ਕੌਣ ਹੋ ਰਿਹਾ। ਆਪਾਂ ਗੱਲ ਕਰਦੇ ਸੀ ਜਿਹੜਾ ਯੋਜਨਾ ਬੋਰਡ ਦਾ ਵਾਈਸ ਚੇਅਰ ਕੈਪਟਨ ਅਮਰਿੰਦਰ ਸਿੰਘ ਨੇ 4-5 ਦੇ ਵਿੱਚ ਇੱਥੇ ਧੌਲੇ ਜਦੋਂ ਜ਼ਮੀਨ ਕੁਹਿਰ ਕੀਤੀ ਤੇ ਗੋਲੀ ਚੱਲੀ, ਕਈ ਕਿਸਾਨ ਜ਼ਖਮੀ ਹੋਏ ਸੀ, ਉਦੋਂ ਵਿਰੋਧ ਕਰਨ ਵਾਲੇ ਲੋਕ ਜਥੇਬੰਦੀਆਂ ਦੇ ਜ਼ਖਮੀ ਹੋਏ ਸੀ, ਉਦੋਂ ਜ਼ਮੀਨ ਕੁਹਿਰ ਕਰਕੇ ਇਸੇ ਗੁਪਤੇ ਦੀ ਖਾਤਰ ਇੱਥੇ ਫੈਕਟਰੀ ਲਵਾਈ ਸੀ ਤੇ ਉਹਨੂੰ ਵੱਡੇ ਅਹੁਦੇ ਦੇ ਕੇ ਨਮਾਜਿਆ ਸੀ। ਫਿਰ ਇਹੀ ਗੁਪਤਾ ਬਾਦਲਾਂ ਦਾ ਖਾਸ ਰਿਹਾ, ਉਹਨਾਂ 'ਚ ਵੀ ਇਹ ਚੇਅਰਮੈਨ ਰਿਪੋਰਟ ਆਉਂਦਾ ਨਾ, ਉਸੇ ਕੇਜਰੀਵਾਲ ਨੂੰ ਇਹ ਜਾ ਕੇ ਪਹਿਲਾਂ ਮਿਲਣ ਜਾਂਦਾ ਫੁੱਲਾਂ ਦੇ ਗੁਲਦਸਤੇ ਲੈ ਕੇ। ਇੱਥੇ ਭਗਵੰਤ ਨੂੰ ਨਹੀਂ ਕੋਈ ਪੁੱਛਦਾ
ਕਿ ਕਿਹੜਾ ਯੋਜਨਾ ਬੋਰਡ ਦਾ ਚੇਅਰਮੈਨ ਲਾਉਣਾ, ਕਿਹੜਾ ਡਾਇਰੈਕਟਰ ਲਾਉਣਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਲਾਉਣਾ। ਇੱਥੇ ਸਾਰੀਆਂ ਗੱਲਾਂ ਉੱਥੋਂ ਹੋ ਰਹੀਆਂ ਨੇ, ਦਿੱਲੀ ਤੋਂ ਹੋ ਰਹੀਆਂ। ਤਾਂ ਭਵਾਂਸਿਆਂ ਤੈਨੂੰ ਕਹਿਣਾ ਚਾਹੁੰਦੇ ਹਾਂ, ਤੇਰੇ ਹੱਥ ਪੱਲੇ ਕੱਖ ਨਹੀਂ ਭਰਾਵਾ, ਤੂੰ ਰਬੜ ਦੀ ਮੋਹਰ ਬਣਾ ਕੇ ਰੱਖਤਾ ਇਹਨਾਂ ਨੇ, ਨਿਕਲ ਇਹਨਾਂ ਦੇ ਚੁੰਗਲ ਚੋਂ। ਇਹ ਉਹੀ ਰਜਿੰਦਰ ਗੁਪਤਾ ਜਿਹਦੀ ਐਡਾ ਕਾਰਖਾਨਾ ਪੂਰੇ ਬਰਨਾਲੇ ਦਾ ਏਰੀਆ ਨੇ ਕੈਂਸਰ ਦੀ ਹੱਬ ਬਣਾਤਾ, ਥੱਲੇ ਜ਼ਹਿਰੀਲਾ ਪਾਣੀ ਪਾ ਕੇ ਫੈਕਟਰੀਆਂ ਦਾ, ਇਹਨੂੰ ਪੁੱਛਿਆ ਕਿਸੇ ਨੇ? ਨਾ ਬਾਦਲਾਂ ਨੇ ਪੁੱਛਿਆ, ਨਾ ਕਾਂਗਰਸੀਆਂ ਨੇ ਪੁੱਛਿਆ, ਹੁਣ ਝਾੜੂਆਂ ਨੇ ਉੱਤੇ ਬਿਠਾ ਲਿਆ। ਇਹ ਉਹੀ ਕਾਰਪੋਰੇਟ ਲੋਕ ਨੇ, ਉਹੀ ਪੂੰਜੀਪਤੀ, ਉਹੀ ਘਰਾਣੇ ਲੋਕ ਨੇ ਜਿਨ੍ਹਾਂ ਨੂੰ ਇਹ ਐਡੇ ਐਡੇ ਅਹੁਦੇ ਦੇ ਕੇ ਨਮਾਜ਼ ਰਹੇ, ਸਿਰਾਂ 'ਤੇ ਬਿਠਾ ਰਹੇ, ਕਿਉਂਕਿ ਮੋਟਾ ਪੈਸਾ ਲੈਣਾ। ਇਹਨਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਗੁਜਰਾਤ ਦੀਆਂ ਚੋਣਾਂ 'ਚ, ਹਿਮਾਚਲ ਦੀਆਂ ਚੋਣਾਂ 'ਚ ਵਰਤਣਾ। ਦੂਜਾ ਦੇਖ ਲਓ, ਜਿਹੜਾ ਇਹਨਾਂ ਨੇ L1 ਦਾ ਲਾਇਸੈਂਸ ਦਿੱਤਾ ਹੈ, 3 ਬੰਦਿਆਂ ਕੋਲੇ ਹੈ, ਬਾਦਲਾਂ ਦਾ, ਮਲਹੋਤਰਾ ਦੀ, ਮਲਹੋਤਰਾ ਪੌਂਟੀ ਚੰਡੇ ਦਾ ਪਰਿਵਾਰ, ਇੱਕ ਬੰਦਾ ਹੋਰ ਹੈ। ਤਿੰਨਾਂ ਬੰਦਿਆਂ ਨੂੰ L1 ਦਾ ਲਾਇਸੈਂਸ ਦਿੱਤਾ, ਜਿਹਦੇ ਕੋਲੋਂ 700-800 ਕਰੋੜ ਰੁਪਈਆ ਲਿਆ ਗਿਆ। ਇੱਥੇ ਪੰਜਾਬ ਦੇ ਖਜ਼ਾਨੇ ਥੋੜ੍ਹੀ ਪੈਸਾ ਜਾਣਾ, ਉਹ ਦਿੱਲੀ ਜਾਣਾ ਸਾਰਾ, ਉਹ ਗੁਜਰਾਤ ਵਰਤਿਆ ਜਾਣਾ, ਉਹ ਹਿਮਾਚਲ ਵਰਤਿਆ ਜਾਣਾ। ਪੈਸਾ ਕਿੰਨਾ ਦਾ? ਪੰਜਾਬ ਦਾ। ਇਹ ਉਹੀ ਰਜਿੰਦਰ ਗੁਪਤੇ ਦੀ ਫੈਕਟਰੀ ਹੈ ਜਿੱਥੇ ਉੱਚੇ ਅਹੁਦਿਆਂ ਦੇ ਉੱਤੇ ਯੂਪੀ, ਬਿਹਾਰ, ਬੰਗਾਲ ਦੇ ਲੋਕ ਬੈਠੇ, ਜਿੱਥੋਂ ਦੀ ਜ਼ਮੀਨ ਰੋਕੀ ਗਈ, ਜਿੱਥੋਂ ਦੇ ਪਾਣੀ 'ਚ ਇਹਨਾਂ ਨੇ ਕੈਂਸਰ ਪਾਤਾ, ਜਿੱਥੋਂ ਦੀ ਧਰਤੀ ਜ਼ਹਿਰੀਲੀ ਕਰਤੀ, ਜਿੱਥੇ ਹਵਾ ਦੂਸ਼ਿਤ ਕਰਤੀ, ਉੱਥੇ ਨੌਕਰੀਆਂ ਨਹੀਂ। ਉਹ ਕਿਹੜੇ ਬਦਲਾਅ ਦੀਆਂ ਗੱਲਾਂ ਕਰਦੇ ਆ ਓਏ? ਹਲੇ ਤਾਂ ਅਕਲ ਨੂੰ ਹੱਥ, ਹੁਣ ਵੀ ਅਕਲ ਨੂੰ ਹੱਥ ਮਾਰ ਲਓ, ਹੁਣ ਤਾਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿਓ ਕਿ ਸਾਡੇ ਸਿਰ 'ਤੇ ਕਦੇ ਰਾਘਵ ਚੱਡਾ, ਕਦੇ ਰਜਿੰਦਰ ਗੁਪਤਾ, ਰਹਿੰਦੀ ਕੁੰਦੀ ਕਸਰਤ ਨੇ ਕਿੱਥੇ ਕੱਢੀ ਆ? ਸੁਣ ਲਓ, ਆਹ ਦੇਖ ਲਿਓ, ਆਹ ਲਾਇਆ ਇਹਨਾਂ ਨੇ ਅੱਜ। ਤੁਹਾਨੂੰ ਤਾਂ ਪਤਾ ਕੀ ਕਰਦੇ ਆ, ਸਵੇਰੇ ਚਾਹ ਉੱਠਦੇ ਆ, ਪੀਂਦੇ ਆ, ਮੂੰਹ ਮਾਂਹ ਧੋਂਦੇ ਆ ਮਾੜਾ ਮੋਟਾ, ਰੋਟੀ ਖਾਣ ਲੱਗਦੇ ਆ, ਉਹਦੀ ਕਹਿ ਦਿੰਦੇ ਆ ਰਜਿੰਦਰ ਗੁਪਤਾ ਆ ਗਿਆ। ਦੁਪਹਿਰ ਦੀ ਰੋਟੀ ਨਾਲ ਤੁਹਾਨੂੰ ਇੱਕ ਨਵਾਂ ਦੇ ਦਿੰਦੇ ਆ ਵੀ ਆਹ ਤੋਹਫ਼ਾ ਹੋਰ ਲੈ ਲਓ, ਆਹ ਦੇ ਤਾ, ਖ਼ਬਰ ਪੜ੍ਹਾ ਦੇ ਇਹਨਾਂ ਨੂੰ ਅੱਜ। ਇਹਦੀ ਗੱਲ ਕਰਨੀ, ਇਹਦੀ ਸਮਝਣੀ ਬੜੀ ਜ਼ਰੂਰੀ ਹੈ ਗੱਲ, ਕਿ ਇਹ ਸਾਡੇ ਲਈ ਕਿਵੇਂ ਸਾਡੇ ਦੁਸ਼ਮਣ ਨੇ, ਅਤੇ ਕਿਵੇਂ ਇਹ ਪੰਜਾਬ ਲਈ ਖਤਰਨਾਕ ਹੈ। ਆਹ ਦੇਖੋ, ਪੰਜਾਬ ਸਰਕਾਰ ਵੱਲੋਂ ਵਿਕਾਸ ਪ੍ਰਾਸਰ ਨੂੰ ਸੋਸ਼ਲ ਮੀਡੀਆ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਬੰਦਾ ਪਤਾ ਕੌਣ ਹੈ? ਇਹ ਬੰਦਾ ਉਹ ਬੰਦਾ ਹੈ, ਆਹ ਚਿੱਠੀ ਹੈ ਇਹਦੀ, ਦਿਖਾਈ, ਆਹ ਚਿੱਠੀ ਹੈ ਇਸ ਬੰਦੇ ਦੀ ਸਾਡੇ ਕੋਲ। ਇਹਦੇ ਘਰ ਵਾਲੀ ਨੇ, 23/12/2021 ਦੀ ਗੱਲ ਹੈ, ਇਹਦੇ ਘਰ ਵਾਲੀ ਹੈ ਪੂਜਾ ਪ੍ਰਾਸਰ, ਇਹਦੇ ਘਰ ਵਾਲੀ ਹੈ ਪੂਜਾ ਪ੍ਰਾਸਰ, ਇਹ ਚਿੱਠੀ ਹੈ ਉਹ ਇਹਦੇ ਪੂਜਾ ਪ੍ਰਾਸਰ ਇਹਦੇ ਘਰ ਵਾਲੀ ਦੀ ਚਿੱਠੀ ਹੈ। ਇਹਨੇ ਚਿੱਠੀ 'ਚ ਮਾਫ਼ੀ ਮੰਗੀ ਹੈ ਕਿ ਮੈਂ ਜੋ ਬੋਲੀ ਹਾਂ ਮੈਂ ਗਲਤ ਬੋਲੀ ਹਾਂ, ਕੀ ਬੋਲੀ ਸੀ ਸੁਣ ਲਿਓ। A South Asian Canadian channel.